ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗਈ ਬੋਹੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖਿਓ ਪੈਜ ਤੁਮਾਰੀ। ਗਈ ਬੋਹੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖਿਓ ਪੈਜ ਤੁਮਾਰੀ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਰਹਾਉ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੈ। ਹਰ ਅੰਤਰ ਜਾਮੀ ਸਭਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ। ਕਹਿਣੇ ਕਥਨ ਨਾ ਭੀਜੇ ਗੋਬਿੰਦ, ਹਰ ਭਾਵੇ ਪੈਜ ਰਖਾਈਐ। ਅਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਹਾਈਐ। ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁੱਕੇ ਮਨ ਕੀ ਚਿੰਤੀ। ਹਰ ਹਰ ਨਾਮ ਅਬਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁੱਕੇ ਮਨ ਕੀ ਚਿੰਤੀ। ਹਰ ਹਰ ਨਾਮ ਅਬਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਹੇ ਪ੍ਰਭੂ, ਤੂੰ ਆਤਮਿਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ। ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲਾ ਹੈ। ਤੇਰੀ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ।
ਤੂੰ ਜੀਵਾਂ ਨੂੰ ਦੁੱਖਾਂ ਵਿੱਚ ਢਾਰਸ ਦੇਣ ਵਾਲਾ ਹੈ। हे प्रभु, मैं कोई चंगा धर्म करना नहीं जानता। मैं लोभ विच फसया रहिंदा हाँ, मैं माया दे मोह विच ग्रसया रहिंदा हाँ। पर हे प्रभु, मेरा नाम गोविंद दा भगत पै गया है, सो हुण तू अपने नाम दी आप पैज रख। हे प्रभु जी, तू इन्हां बंदिया नू माण दिंदा है जिन्हां दा होर कोई माण नहीं करदा। मैं तेरी ताकत तो सदके जांदा हाँ। हे भाई, मेरा गोविंद निकारिया नूं भी आदर योग बना दिंदा है। रहाओ हे भाई, जिवें कोई बच्चा अपनी लगन अनुसार सुभाव अनुसार लखां गलतियां करदा है, उसदा प्यो उस नूं सिक्ख्या दे के कई तरीक्यां नाल झिड़कदा भी है, पर फिर अपने गल नाल उस नूं ला लैंदा है। इसे तर्हां प्रभु पिता जी ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਅਤੇ ਅਗਾਂਹ ਵਾਸਤੇ ਜੀਵਨ ਦੇ ਠੀਕ ਰਸਤੇ ਉੱਤੇ ਪਾ ਦਿੰਦਾ ਹੈ। ਹੇ ਭਾਈ, ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੀਵਾਂ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ। ਉਸ ਨੂੰ ਛੱਡ ਕੇ ਹੋਰ ਕਿਸ ਪਾਸ ਆਪਣੀ ਬਿਰਥਾ ਆਖ ਕੇ ਸੁਣਾਈ ਜਾ ਸਕਦੀ ਹੈ। ਹੇ ਭਾਈ, ਪਰਮਾਤਮਾ ਨਿਰੀਆਂ ਜ਼ੁਬਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ। ਕਰਨੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ, ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇੱਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ। ਹੇ ਭਾਈ, ਮਾਲਕ ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮਿਲ ਦਿੰਦਾ ਹੈ। ਇਸ ਤਰ੍ਹਾਂ ਉਸ ਮਨੁੱਖ ਦੇ ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਹੇ ਦਾਸ ਨਾਨਕਾ, ਗੁਰੂ ਜਿਸ ਮਨੁੱਖ ਦੇ ਮੂੰਹ ਵਿੱਚ ਪਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ, ਉਹ ਮਨੁੱਖ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।